ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਜਰਮਨ ਭਾਸ਼ਾ ਦੇ ਅਲਫਾਬੇਟਸ ਤੇ ਉਚਾਰਨ ਬਾਰੇ ਸਿੱਖਾਂਗੇ ਅਸੀਂ ਸ਼ੁਰੂ ਕਰਦੇ ਹਾਂ ਆਪਣਾ ਪਹਿਲਾ ਪਾਠ ਆ ਬੀ ਸੀ ਡੀ ਈ ਐਫ ਜੀ ਹਾ ਈ ਯੋਟ ਕਾ l m n o p q r s t u f v, v x y set ਜਰਮਨ ਭਾਸ਼ਾ ਦੇ ਵਿੱਚ ਚਾਰ ਹੋਰ ਅਲਫਾਬੈਟਸ ਆ ਚਿਹੜੀ ਇਹ ਬਿੰਦੀਆਂ ਆ ਅਸੀਂ ਇਹਨੂੰ ਓਮਲਾਉਟ ਕਹਿੰਦੇ ਆ ਆ ਓਮਲਾਉਟ ਉਹ ਓਮਲਾਉਟ ਉਹ ਓਮਲਾਉਟ ਤੇ ਸਾਈ ਸੈਟ ਆ ਓਮਲਾਉਟ ਨੂੰ ਬੋਲਦੇ ਹੈਗੇ ਅਸੀਂ ਯੇ ਉਹ ਓਮਲਾਉਟ ਨੂੰ ਯੋ ਕ ਓਮਲਾਉਟ ਨੂੰ ਯੂ ਤੇ ਸਾਈ ਸੈਟ ਤੇ ਜਰਮਨ ਭਾਸ਼ਾ ਦੇ ਉਚਾਰਨ ਵਿੱਚ ਖਾਸ ਗੱਲ ਇਹ ਹੈਗੀ ਆ ਜਦੋਂ ਅਸੀਂ S ਦੇ ਨਾਲ ਕੋਈ ਵੀ ਵੋਕਲ ਆ, ਐ, ਈ, ਓ, ਊ ਮਿਲਾਉਂਦੇ ਆ ਤਾਂ ਇਹ Z ਦੀ ਆਵਾਜ਼ ਆਉਂਦਾ ਹੈ ਜਿੱਦਾਂ ਇੱਥੇ ਲਿਖਿਆ ਤਾਂ S E E B E N ਤਾਂ ਇਹ ਬਣਿਆ ਹੈਗਾ ਹੈ Z ਤੇ ਇੱਥੇ Z ਦੀ ਆਵਾਜ਼ ਆਉਂਦੀ ਪਈ ਹੈ S ਦੀ ਆਵਾਜ਼ ਨਹੀਂ ਆਉਂਦੀ Z ਦੀ ਆਉਂਦੀ ਪਈ ਹੈ ਤੇ ਜਦੋਂ ਅਸੀਂ Z ਦੇ ਨਾਲ ਕੋਈ ਵੀ ਵੋਕਲ ਆ, ਐ, ਈ, ਓ, ਊ ਮਿਲਾਨੇ ਆ ਤਾਂ ਐਸ ਦੀ ਆਵਾਜ਼ ਆਉਂਦੀ ਹੈ ਜਿੱਦਾਂ ਸੀਨ ਲਿਖਿਆ ਤੇ ਜ਼ੈਡ ਦੇ ਨਾਲ ਆ ਪਰ ਇੱਥੇ ਆਵਾਜ਼ ਐਸ ਦੀ ਆਉਂਦੀ ਪਈ ਹੈ ਸਵਾਂਸਿਕ ਇਦਾਂ ਜੇ ਕਿਤੇ ਈ ਤੇ ਏ ਲਿਖਿਆ ਹੈ ਤਾਂ ਉੱਥੇ ਬੋਲਣਾ ਹੈਗਾ ਈ ਜੇ ਏ ਤੇ ਈ ਲਿਖਿਆ ਉਹਦਾ ਉਚਾਰਨ ਹੈਗਾ ਆਈ ਜੇ ਟੀ ਐਸ ਸੀ ਐਚ ਲਿਖਿਆ ਆ ਉਹਦੀ ਆਵਾਜ਼ ਆਣੀ ਹੈਗੀ ਚਿਚਾ ਓ ਤੇ ਯੂ ਓ ਆ ਤੇ ਯੂ ਆਊ ए ते उ ओए ए ਇਦਾਂ ਜੇ ਇਦਾਂ ਲਿਖਿਆ ਤਾਂ ਉਥੇ ਇਹ ਵਾਲੀ ਆਵਾਜ਼ ਆਣੀ ਹੈ ਤੇ ਸੀ ਐਚ ਜਿਹੜਾ ਉਹਦੀ ਕਦੇ-ਵਿਲੇ ਆਵਾਜ਼ ਖਖਾ ਆਂਦੀ ਹੈ ਤੇ ਕਦੇ-ਵਿਲੇ ਸੱਸੇ ਪਰ ਬਿੰਦੀ ਆਂਦੀ ਹੈ ਜਿੱਦਾਂ ਅਸੀਂ ਸ਼ਾਲਗਮ ਲਿਖਦੇ ਹਾਂ ਜੇ ਆ ਓ ਊ ਆ ਊ ਦੇ ਨਾਲ ਅਸੀਂ ਸ ਹਾ ਮਿਲਾਨੇ ਆ ਤਾਂ ਉਥੇ ਖਖੇ ਦੀ ਆਵਾਜ਼ ਆਣੀ ਹੈ ਜਿੱਦਾਂ ਅਖਟ ਆਊਖ ਨਖਟ ਤਖਤਰ ਇਦਾਂ ਜੇ ਅਸੀਂ ਈ ਦੇ ਨਾਲ ਸ ਹ ਮਿਲਾਉਨੇ ਆ ਤਾਂ ਉੱਥੇ ਸਸੇ ਪੈਰ ਬਿੰਦੀ ਦੀ ਆਵਾਜ਼ ਆਣੀ ਹੈ ਜਿਹਦਾ ਇਸ਼ ਪਰ ਕਈ ਥਾਵਾਂ ਤੇ ਇਕ ਵੀ ਬੋਲਦੇ ਆ ਤੇ ਕਈ ਥਾਵਾਂ ਤੇ ਇਸ਼ ਬੋਲਦੇ ਆ ਤੇ ਜਿੱਦਾਂ ਜਿਹੜੇ ਆਹ ਵਾਲੇ ਵਕਾਲ ਆ ਆ ਏ ਈ ਓ ਤੇ ਉ ਜਦੋਂ ਅਸੀਂ ਇਹਨਾਂ ਨੂੰ ਕਿਸੇ ਵੀ ਖੰਸੋਨੰਥ ਦੇ ਨਾਲ ਮਿਲਾਉਂਦੇ ਆ ਤਾ ਇਹਦਾ ਉਚਾਰਨ ਵਕਾਲ ਦੇ ਉਚਾਰਨ ਦੇ ਹਿਸਾਬ ਦੇ ਨਾਲ ਹੋਣਾ ਹੈ ਜਿਦਾ ਇੱਥੇ ਲਿਖਿਆ ਆ ਯੋਟ ਤੇ ਆ ਇੱਥੇ ਅਸੀਂ ਯੋਟਾ ਨਹੀਂ ਪੜਨਾ ਹੈਗਾ ਇੱਥੇ ਅਸੀਂ ਯਾ ਪੜਨਾ ਹੈ ਆ ਇੱਥੇ ਅਸੀਂ ਵਕਾਲ ਦੇ ਹਿਸਾਬ ਦੇ ਨਾਲ ਉਚਾਰਨ ਕਰਨਾ ਹੈ ਜਿਦਾ ਇੱਥੇ ਲਿਖਿਆ ਆ ਫਾਉ ਈ ਏ ਆਰ ਫੀਅਰ ਜਿਦਾ ਹੁਣ ਜਿਹੜਾ ਫਾਉ ਆ ਇਹਨੂੰ ਬੋਲ ਫਾਉ ਜਿਹੜਾ ਆ ਉਹ ਅੱਖਰ ਦਾ ਨਾਮ ਆ ਪਰ ਇੱਥੇ ਅਸੀਂ ਇਹਨੂੰ ਵਕਾਲ ਦੇ ਹਿਸਾਬ ਦੇ ਨਾਲ ਇਹ ਵਾਲਾ ਸ਼ਬਦ ਜਿਹੜਾ ਹੈਗਾ ਉਹ ਪੜਨਾ ਹੈ ਜਿੱਦਾ ਫੀਅਰ ਇੱਥੇ ਫਾਓਅਰ ਨਹੀਂ ਪੜਨਾ ਹੈਗਾ ਫੀਅਰ ਪੜਨਾ ਹੈ ਜਿੱਦਾਂ ਕੋਈ ਜਿੱਦਾਂ ਖੌਨਸਨੰਤ ਜਿਹੜਾ ਬੀ ਆ ਅਸੀਂ ਦੇ ਨਾਲ ਜਿਹੜਾ ਵਕਾਲ ਆ ਜੋੜਦੇ ਹਾਂ ਤਾਂ ਇੱਥੇ ਬੀ ਆ ਨਹੀਂ ਪੜਨਾ ਹੈਗਾ ਵਕਾਲ ਦੇ ਉਚਾਰਨ ਦੇ ਹਿਸਾਬ ਦੇ ਨਾਲ ਹੀ ਅੱਖਰ ਦਾ ਉਚਾਰਨ ਕਰਨਾ ਅਸੀਂ ਜਿੱਦਾਂ ਬਾਉਖ ਜਿੱਦਾਂ ਕੋਈ ਐਲ ਦੇ ਨਾਲ ਅਸੀਂ ਜਿਹੜਾ ਵੋਕਲ ਈ ਜੋੜਦੇ ਆ ਤਾਂ ਐਲ ਈ ਐਲ ਈ ਨਹੀਂ ਪੜਨਾ ਹੈਗਾ ਉੱਥੇ ਲੀ ਪੜਨਾ ਆ ਜਿੱਦਾਂ ਲਿੰਕਸ ਜੇ ਐਨ ਦੇ ਨਾਲ ਏ ਜੋੜਦੇ ਆ ਤਾਂ ਨੇ ਬਣਦਾ ਆ ਫਿਰ ਜਿੱਦਾਂ ਨੇ ਬਣਦਾ ਆ ਤੇ ਫਿਰ ਉਹਦੀ ਬਾਇਸ਼ਪੀਲ ਮੈਂ ਥੱਲੇ ਲਿਖੀ ਆ ਜਿੱਦੋਂ ਤੇ ਨਾ ਇਹ ਨਹੀਂ ਪੜਨਾ ਹੈਗਾ ਨੇਬਨ ਨੇ ਨੇ ਬਣਦਾ ਤਾਂ ਕਿ ਇੱਥੇ ਅਸੀਂ ਨੀਵਨ ਪੜਨੇ ਆ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਸਮਝ ਲੱਗੀ ਹੋਵੇਗੀ ਅਗਰ ਤੁਸੀਂ ਕੁਝ ਪੁੱਛਣਾ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਪੁੱਛ ਸਕਦੇ ਆ ਅਸੀਂ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ